ਵਾਹਿਗੁਰੂ ਜੀ ਧੰਨ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਬੇਸ਼ੁਮਾਰ ਅਥਾ ਅਗਨਤ ਅਤੁਲੈ ਜੋ ਬੋਲਾ ਵੋ ਤੇਉ ਨਾਨਕ ਦਾਸ ਬੋਲੇ ਪਰਮ ਸਤਕਾਰ ਯੋਗ ਛਤਰ ਚਵਰ ਤਖਤ ਦੇ ਮਾਲਕ ਤਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਸਹਿਬਾਂ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਾਣੀ ਸ਼ਬਦ ਕੀਰਤਨ ਦੇ ਰੂਪ ਦੇ ਵਿੱਚ ਸ਼੍ਰਵਣ ਕਰਨ ਦਾ ਇਸ ਸੁਭਾਗ ਸਮਾਪਤ ਹੋਇਆ ਆਓ ਕੁਝ ਸਮੇਂ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਕੁਝ-ਕੋ ਵਿਚਾਰ ਸਤਿਗੁਰਾਂ ਜੀ ਦੇ ਬਖਸ਼ਿਸ਼ ਕੀਤੀ ਹੋਈ ਮਤ ਦੇ ਅਨੁਸਾਰ ਵਿਚਾਰ ਕਰਨ ਦਾ ਯਤਨ ਕਰਿਏ ਆਓ ਵਿਚਾਰਾਂ ਦੀ ਪ੍ਰారంਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਅਸੀਸ ਦੇ ਨਾਲ ਸਾਂਝ ਕਰੀਏ ਜੀ ਕੋਈ ਵੀ ਰਸਨਾ ਵਾਂਝੀ ਨਾ ਰਹੇ ਪਿਆਰ ਅਤੇ ਸਤਕਾਰ ਦੇ ਨਾਲ ਦਿਓ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਹੋਰਾਂ ਨੇ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸ਼ਬਦ ਕੀਰਤਨ ਦੇ ਦੁਆਰਾ ਗੁਰੂ ਦੇ ਵਿਚਾਰਾਂ ਦੇ ਨਾਲ ਸਾਨੂੰ ਜੋੜਨ ਦਾ ਯਤਨ ਕੀਤਾ ਅਖੀਰੀ ਸ਼ਬਦ ਜਿਹੜਾ ਭਾਈ ਸਾਹਿਬ ਹੋਰਾਂ ਨੇ ਪੜ੍ਹਿਆ ਇਤੁਖਾਰੀ ਰਾਗ ਦੇ ਵਿੱਚ ਦਰਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜੀ ਦੁਆਰਾ ਹੀ ਉਚਾਰਨ ਕੀਤਾ ਹੋਇਆ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ 2 12 ਮਾ ਉਚਾਰਨ ਕੀਤੇ ਹੋਏ ਨੇ ਇੱਕ ਪਹਿਲੇ ਪਾਤਸ਼ਾਹ ਦਾ ਤੇ ਦੂਸਰਾ 12 ਮਾ ਜਿਹੜਾ ਮਾਝ ਰਾਗ ਦੇ ਅੰਦਰ ਹੈ ਉਹ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ ਬਹੁਤ ਆਤ ਰੂਪ ਦੇ ਵਿੱਚ ਇਹ ਜਿਹੜਾ ਵਿਸਾਖੀ ਦੇ ਨਾਲ ਤੁਖਾਰੀ ਰਾਗ ਦਾ ਸੰਬੰਧਿਤ ਸ਼ਬਦ ਹੈ ਇਹ ਬਹੁਤ ਘੱਟ ਪੜਿਆ ਜਾਂਦਾ ਹੈ ਤੇ ਬਹੁਤ ਘੱਟ ਵਿਚਾਰਿਆ ਜਾਂਦਾ ਹੈ ਕਿਉਂਕਿ ਸਾਡੇ ਮਨਾਂ ਦੇ ਵਿੱਚ ਇੱਕ ਬੜਾ ਵੱਡਾ ਭੁਲੇਖਾ ਪਿਆ ਹੋਇਆ ਹੈ ਵੀ ਜਦੋਂ ਵੀ ਮਹੀਨੇ ਦੀ ਪ੍ਰਾਰੰਭਤਾ ਹੋਣੀ ਹੈ ਤੇ ਬਸ ਉਦੋਂ ਸਾਨੂੰ ਮਾਝ ਰਾਗ ਦੇ ਵਿੱਚੋਂ ਹੀ ਕੋਈ 12 ਮਾ ਦਾ ਪਾਠ ਸੁਣਾਏ ਤੇ ਅਸੀਂ ਹੋਰ ਕੁਝ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਸਾਡੇ ਸੁਭਾਅ ਦੇ ਅੰਦਰ ਇਹ ਗੱਲਾਂ ਜਿਹੜੀਆਂ ਨੇ ਜੋ ਕੁਝ ਸਮਾਜ ਵਿੱਚ ਵਰਤਾਇਆ ਗਿਆ ਉਹਨੇ ਇਹ ਆਦਤਾਂ ਸਾਡੀਆਂ ਪੱਕੀਆਂ ਕਰ ਦਿੱਤੀਆਂ ਵੀ ਜੇ 12 ਮਾ ਦੀ ਬਾਣੀ ਤੁਖਾਰੀ ਦਾ ਕੋਈ ਸ਼ਬਦ ਸੁਣਾ ਦਿੱਤਾ ਜਾਏ ਫਿਰ ਸਾਨੂੰ ਪਰਵਾਹ ਨਹੀਂ ਪਰ ਮਾਜ ਰਾਗ ਵਿੱਚੋਂ ਕੋਈ ਸੁਣਾਏ ਤੇ ਫਿਰ ਅਸੀਂ ਪਰਵਾਹ ਕਰਦੇ ਹਾਂ ਇਹ ਭੁਲੇਖੇ ਦਿਨ ਪਰ ਦਿਨ ਵਾਧੇ ਚਲੇ ਗਏ ਪਰ ਇਹਨਾਂ ਭੁਲੇਖਿਆਂ ਨੂੰ ਕਦੇ ਕਿਸੇ ਨੇ ਵਿਚਾਰਨ ਦਾ ਯਤਨ ਨਹੀਂ ਕੀਤਾ ਕਿੰਨੇ ਸੌਖੇ ਸ਼ਬਦਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਝਾ ਦਿੱਤਾ ਵੀ ਵਿਸਾਖੀ ਕੀ ਹੈ ਜਦੋਂ ਆਖਰੀ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੜਿਆ ਗਿਆ ਵੀ ਨਾਨਕ ਵੈਸਾਖੀ ਪ੍ਰਭ ਪਾਵੇ ਸੁਰਤ ਸ਼ਬਦ ਮਨ ਮਾਨਾ ਇਹੋ ਹੀ ਖੇੜ ਜਦੋਂ ਸਿੱਧਾਂ ਦੇ ਨਾਲ ਵਿਚਾਰ ਹੋਈ ਗੁਰੂ ਨਾਨਕ ਪਾਤਸ਼ਾਹ ਦੀ ਉਹਨਾਂ ਨੇ ਵੀ ਇਹੋ ਹੀ ਸਵਾਲ ਕੀਤਾ ਸੀ ਕਵਣ ਮੂਲ ਕਵਣ ਮਤ ਵੇਲਾ ਕੌਣ ਗੁਰੂ ਜਿਸਕਾ ਤੂੰ ਚੇਲਾ ਉਹਨਾਂ ਨੇ ਵੀ ਇਹੋ ਹੀ ਸਵਾਲ ਕੀਤਾ ਸੀ ਤੇ ਬੜੀ ਬਿਬਾਕੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਗੱਲ ਦਾ ਜਵਾਬ ਦਿੱਤਾ ਸੀ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧਨ ਚੇਲਾ ਵੀ ਮੇਰਾ ਗੁਰੂ ਸ਼ਬਦ ਦੇ ਅੰਦਰ ਲੁਕਿਆ ਹੋਇਆ ਉਹ ਗਿਆਨ ਹੈ ਜਿਹੜਾ ਮੈਨੂੰ ਸੱਚ ਦਾ ਜੀਵਨ ਜਿਉਣ ਦੀ ਜਾਂਚ ਬਖਸ਼ਦਾ ਹੈ ਤੇ ਇਹਦੇ ਅੰਦਰ ਟਿਕੀ ਹੋਈ ਸੁਰਤ ਜਿਹੜੀ ਹੈ ਉਹ ਇਸ ਦਾ ਚੇਲਾ ਹੈ। ਉਸੇ ਗੱਲ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਵਿਸਾਖ ਦੇ ਸ਼ਬਦ ਦੇ ਅੰਦਰ ਸਾਡੇ ਸਾਹਮਣੇ ਰੱਖਿਆ ਵੀ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ। ਜਦੋਂ ਸਾਡੀ ਸੁਰਤ ਸ਼ਬਦ ਦੇ ਅੰਦਰ ਟਿਕ ਗਈ ਤੇ ਗੁਰੂ ਦੇ ਅਨੁਸਾਰੀ ਸਾਡਾ ਜੀਵਨ ਜਿਉਣਾ ਸ਼ੁਰੂ ਹੋ ਗਿਆ ਉਸੇ ਨੂੰ ਸਤਿਗੁਰਾਂ ਨੇ ਵਿਸਾਖੀ ਦਾ ਨਾਮ ਦਿੱਤਾ। ਫਿਰ ਗੁਰੂ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਜਿਉਣ ਦਾ ਨਾਮ ਹੀ ਅਸਲ ਦੇ ਵਿੱਚ ਵਿਸਾਖੀ ਹੈ ਪਰ ਸਾਡੀ ਦਿੱਕਤ ਇਹ ਹੋਈ ਸਾਧ ਸੰਗਤ ਜਿਵੇਂ ਅੱਜ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪਰਮ ਮਨਾ ਰਹੇ ਹਾਂ ਔਰ ਨਾਲ ਦੀ ਨਾਲ ਜੋ ਵਿਸਾਖੀ ਦਾ ਪੁਰਬ ਹੈ ਜਿਸ ਦਿਨ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਉਹਨਾਂ ਪੰਜ ਸਿੰਘਾਂ ਦੀ ਸਾਜਣਾ ਕੀਤੀ ਸੀ ਜਿਨ੍ਹਾਂ ਨੂੰ ਪਿਆਰੇ ਕਰਕੇ ਅੱਜ ਵੀ ਅਸੀਂ ਯਾਦ ਕਰਦੇ ਹਾਂ ਪਰ ਇਹ ਵਿਚਾਰ ਪ੍ਰారంਭ ਕਰਨ ਤੋਂ ਪਹਿਲਾਂ ਇੱਕ ਵਿਚਾਰ ਭਾਈ ਗੁਰਦਾਸ ਜੀ ਦੇ ਕਵਿਤਾਾਂ ਦੇ ਵਿੱਚੋਂ ਦਾਸ ਸਾਹਿਬ ਜੀ ਦੀ ਸੇਵਾ 'ਚ ਰੱਖੇ ਤਾਂ ਕਿ ਸਾਨੂੰ ਗੱਲ ਸਮਝਣੀ ਸੌਖੀ ਹੋ ਜਾਏ ਭਾਈ ਗੁਰਦਾਸ ਜੀ ਹੋਰਾਂ ਨੇ ਉਦਾਹਰਣ ਦਿੱਤੀ ਹੈ ਬਹੁਤ ਪਿਆਰੀ ਗਿਆਨ ਨੂੰ ਸਨਮੁਖ ਰੱਖ ਕੇ ਹੰਸ ਵਰਤੀ ਦੀ ਉਦਾਹਰਣ ਦਿੰਦੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਆ ਇਹਦੇ ਵਿੱਚ ਹੰਸ ਦਾ ਜ਼ਿਕਰ ਆਇਆ ਹੈ ਕੋਇਲ ਦਾ ਜ਼ਿਕਰ ਆਇਆ ਹੈ ਕਾਂ ਦਾ ਜ਼ਿਕਰ ਆਇਆ ਹੈ ਬਿਆੰਤ ਐਸੇ ਪੰਛੀਆਂ ਦਾ ਪਸ਼ੂ ਪੰਥੀਆਂ ਦਾ ਜ਼ਿਕਰ ਆਇਆ ਜਿਨ੍ਹਾਂ ਦੀ ਉਦਾਹਰਣ ਵਰਤੇ ਗਏ ਸਤਿਗੁਰਾਂ ਨੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਜੇ ਹੰਸ ਦੀ ਉਦਾਹਰਣ ਗੁਰਬਾਣੀ ਵਿੱਚ ਦਿੱਤੀ ਹੈ ਉਹ ਗੁਰਮੁਖ ਦੇ ਜੀਵਨ ਦੇ ਪਰਥਾਏ ਦਿੱਤੀ ਹੈ ਵੀ ਗੁਰਮੁਖ ਦਾ ਜੀਵਨ ਹੰਸ ਦੀ ਤਰ੍ਹਾਂ ਹੁੰਦਾ ਹੈ ਤੇ ਪੁਰਾਤਨ ਲਿਖਤਾਂ ਦੇ ਵਿੱਚ ਇਹ ਗੱਲ ਦਾ ਜ਼ਿਕਰ ਆਮ ਕਰਕੇ ਮਿਲਦਾ ਵੀ ਹੰਸ ਮੋਤੀਆਂ ਦੀ ਚੋਕ ਚੁਗਦਾ ਉਹਦੀ ਚੁੰਝ ਦੇ ਅੰਦਰ ਇੱਕ ਐਸਾ ਤਤ ਲੱਗਾ ਹੁੰਦਾ ਜਦੋਂ ਉਹ ਦੁੱਧ ਦੇ ਅੰਦਰ ਮਾਰਦਾ ਹੈ ਪਾਣੀ ਨੂੰ ਵੱਖਰਾ ਕਰ ਦਿੰਦਾ ਹੈ ਦੁੱਧ ਨੂੰ ਵੱਖਰਾ ਕਰ ਦਿੰਦਾ ਹੈ ਪਰ ਇਹ ਦੇਖਿਆ ਕਿਸੇ ਨੇ ਨਹੀਂ ਇਹ ਗੱਲਾਂ ਸੁਣੀ ਸੁਣਾਈਆਂ ਸਾਡੇ ਤੱਕ ਪਹੁੰਚੀਆਂ ਤੇ ਗੁਰੂ ਸਾਹਿਬ ਨੇ ਉਸ ਹੰਸ ਦੀ ਉਦਾਹਰਣ ਨੂੰ ਗੁਰਮੁਖ ਦੇ ਨਾਲ ਤੁਲਨਾ ਦੇ ਕੇ ਸਾਡੇ ਜੀਵਨ ਨੂੰ ਹੰਸ ਵਰਗਾ ਬਣਾਉਣ ਦਾ ਯਤਨ ਕੀਤਾ ਵੀ ਕਿਸੇ ਨੇ ਭਾਵੇਂ ਹੰਸ ਨਾ ਵੀ ਦੇਖਿਆ ਹੋਏ ਪਰ ਜਿਨੇ ਗੁਰਮੁਖ ਦੇ ਜੀਵਨ ਨੂੰ ਦੇਖ ਲਿਆ ਸਮਝ ਲਓ ਉਹਨੇ ਹੰਸ ਨੂੰ ਵੇਖ ਲਿਆ ਵੀ ਗੁਰਮੁਖ ਦਾ ਜੀਵਨ ਹੀ ਹੰਸ ਵਰਗਾ ਹੋ ਗਿਆ ਤੇ ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ ਕਹਿਣ ਲੱਗੇ ਵੀ ਗਿਆਨ ਅੰਸ ਹੰਸ ਗੁਰਮੁਖ ਵੰਸ ਵਿਖੇ ਕਹਿੰਦੇ ਗਿਆਨ ਦੀ ਜਿਹੜੀ ਕਣੀ ਹੈ ਨਾ ਗਿਆਨ ਦਾ ਹੋਣਾ ਇਹ ਗੁਰਮੁਖਾਂ ਦੇ ਜੀਵਨ ਦੇ ਅੰਦਰ ਸੁਭਾਵਿਕ ਹੈ ਕਿਉਂਕਿ ਗੁਰੂ ਉਹਨਾਂ ਨੂੰ ਗਿਆਨ ਬਖਸ਼ਦਾ ਹੈ ਜਦੋਂ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਕੁੰਬੇ ਵੱਧਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਵੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਵੀ ਗੁਰੂ ਤੋਂ ਬਿਨਾ ਸੋਝੀ ਨਹੀਂ ਆ ਸਕਦੀ ਗੁਰੂ ਤੋਂ ਬਿਨਾ ਸਾਨੂੰ ਸਮਝ ਨਹੀਂ ਪੈ ਸਕਦੀ ਵੀ ਅਸਲ ਵਿੱਚ ਜਿੰਦਗੀ ਜਿਉਣੀ ਕਿਦਾਂ ਤੇ ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ ਕਹਿਣ ਲੱਗੇ ਗਿਆਨ ਅੰਸ ਹੰਸ ਗੁਰਮੁਖ ਵੰਸ ਵਿਖੇ ਵੀ ਜਿਵੇਂ ਹੰਸ ਦੇ ਜੀਵਨ ਵਿੱਚ ਉਹਦੀ ਵਡਿਆਈ ਇਸ ਕਰਕੇ ਹੈ ਵੀ ਉਹ ਪਾਣੀ ਤੇ ਦੁੱਧ ਨੂੰ ਵੱਖੋ ਵੱਖਰਾ ਕਰ ਦਿੰਦਾ ਹੈ ਤੇ ਭਾਈ ਸਾਹਿਬ ਕਹਿਣ ਲੱਗੇ ਗੁਰਮੁਖ ਦੇ ਜੀਵਨ ਦੀ ਵੀ ਇਹ ਵਡਿਆਈ ਹੈ ਕਿ ਦੁਕ੍ਰਿਤ ਸੁਕ੍ਰਿਤ ਖੀਰ ਨੀਰ ਸੋਖ ਪੋਖ ਕੈ ਦੁਕ੍ਰਿਤ ਉਹ ਭੈੜੇ ਕਰਮ ਜਿਹਨੂੰ ਗੁਰੂ ਪਰਵਾਹ ਨਹੀਂ ਕਰਦਾ ਸੁਕ੍ਰਿਤ ਉਹ ਸੱਚ ਤੇ ਆਧਾਰਿਤ ਕੀਤੇ ਹੋਏ ਕਰਮ ਜਿਹਨੂੰ ਗੁਰੂਦਰ ਤੇ ਪਰਵਾਨਗੀ ਹੈ ਵੀ ਗੁਰਮੁਖ ਦੇ ਜੀਵਨ ਵਿੱਚ ਗੁਰੂ ਦੇ ਕੋਲੋਂ ਐਸੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਵੀ ਉਹਨੂੰ ਸਮਝ ਪੈ ਜਾਂਦੀ ਹੈ ਵੀ ਚੰਗਾ ਕਰਮ ਕੀ ਹੈ ਤੇ ਮੰਦਾ ਕੀ ਹੈ ਦੁਕ੍ਰਿਤ ਭੈੜੇ ਕਰਮ ਜੋ ਗੁਰੂਦਰ ਤੇ ਪਰਵਾਨ ਨਹੀਂ ਤੇ ਸੁਕ੍ਰਿਤ ਉਹ ਕਰਮ ਜਿਹੜੇ ਗੁਰੂਦਰ ਤੇ ਪਰਵਾਨ ਨੇ ਜੋ ਸੱਚ ਤੇ ਆਧਾਰਿਤ ਜੀਵਨ ਵਿੱਚ ਜਿਉਣ ਲਈ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਖੀਰ ਨੀਰ ਅੱਗੇ ਦੋ ਸ਼ਬਦ ਹੋਰ ਵਰਤੇ ਉਹਨਾਂ ਨੇ ਇੱਕ ਖੀਰ ਸ਼ਬਦ ਵਰਤਿਆ ਤੇ ਦੂਜਾ ਸ਼ਬਦ ਵਰਤਿਆ ਨੀਰ ਗੁਰਬਾਣੀ ਦੇ ਅੰਦਰ ਵੀ ਖੀਰ ਸ਼ਬਦ ਦੁੱਧ ਵਾਸਤੇ ਵਰਤਿਆ ਗਿਆ ਇੱਥੇ ਭਾਈ ਸਾਹਿਬ ਨੇ ਖੀਰ ਸ਼ਬਦ ਦੁੱਧ ਵਾਸਤੇ ਵਰਤਿਆ ਤੇ ਨੀਰ ਸ਼ਬਦ ਪਾਣੀ ਵਾਸਤੇ ਵਰਤੇ ਆ ਵੀ ਜਿਵੇਂ ਹੰਸ ਜਦੋਂ ਦੁੱਧ ਦੇ ਅੰਦਰ ਚੁੰਝ ਮਾਰਦਾ ਉਹ ਪਾਣੀ ਤੇ ਦੁੱਧ ਨੂੰ ਵੱਖਰਾ-ਵੱਖਰਾ ਕਰ ਦਿੰਦਾ ਹੈ ਕਹਿਣ ਲੱਗੇ ਇਸੇ ਤਰੀਕੇ ਨਾਲ ਜਦੋਂ ਗੁਰਮੁਖ ਦੀ ਜੀਵਨ ਦੀ ਜੁਗਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚ ਦਾ ਤਤ ਹੋਏਗਾ ਤੇ ਉਹ ਜੀਵਨ ਦੇ ਵਿੱਚ ਮਨਮਤ ਰੂਪੀ ਪਾਣੀ ਨੂੰ ਤੇ ਗੁਰਮੁਖਤਾਈ ਦੇ ਜੀਵਨ ਵਾਲੇ ਦੁੱਧ ਨੂੰ ਵੱਖੋ-ਵੱਖਰਾ ਕਰਕੇ ਦੇਖ ਲਏਗਾ ਉਹਨੂੰ ਬਹੁਤਾ ਭੁਲੇਖਾ ਨਹੀਂ ਪਏਗਾ ਵੀ ਪਾਣੀ ਕੀ ਹੈ ਮਨਮਤ ਕੀ ਹੈ ਤੇ ਦੁੱਧ ਕੀ ਹੈ ਗੁਰਮਤ ਕੀ ਹੈ ਇਹ ਉਦਾਹਰਣ ਦੇਣ ਦਾ ਪਰਯੋਜਨ ਅੱਜ ਤੱਕ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਇਹ ਗੱਲ ਦਾ ਨਿਰਣਾ ਕਰਨਾ ਨਹੀਂ ਆਇਆ ਵੀ ਗੁਰਮਤ ਕੀ ਹੈ ਤੇ ਮਨਮਤ ਕੀ ਹੈ ਹੰਸ ਬਿਰਤੀ ਅਖਤਿਆਰ ਕਰਨ ਦੀ ਕਦੇ ਅਸੀਂ ਜਾਚੀ ਗੁਰੂ ਦੇ ਕੋਲੋਂ ਨਹੀਂ ਸਿੱਖੀ ਜਦੋਂ ਪਾਤਸ਼ਾਹ ਬਾਰ ਬਾਰ ਕਹਿੰਦੇ ਨੇ ਗੁਰ ਸਾਗਰ ਰਤਨੀ ਭਰੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਸਾਡਾ ਜੀਵਨ ਕਿੱਥੇ ਖੜਾ ਹੈ ਕਿਆ ਬਗ ਬੱਪੂੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਅਸੀਂ ਜੁੜ ਗਏ ਆ ਛੱਪੜਾਂ ਦੇ ਨਾਲ ਕਿਉਂਕਿ ਜਦੋਂ ਤੱਕ ਅਸੀਂ ਛੱਪੜ ਨਾਲ ਜੁੜਾਂਗੇ ਉਦੋਂ ਤੱਕ ਸਾਨੂੰ ਜੀਵਨ ਨੂੰ ਸੋਹਣੀ ਜੁਗਤ ਦੇਣ ਵਾਲਾ ਉਹ ਜਲ ਨਹੀਂ ਮਿਲੇਗਾ ਜਿਹੜਾ ਗੁਰੂ ਰੂਪੀ ਝਰਨੇ ਤੋਂ ਸਾਨੂੰ ਮਿਲ ਜਾਣਾ ਹੈ ਹੋਇਆ ਇਹ ਕਿ ਛੱਪੜਾਂ ਦੇ ਨਾਲ ਜੁੜ ਕੇ ਫਿਰ ਛੱਪੜ ਦੇ ਵਿੱਚੋਂ ਕੀ ਮਿਲਦਾ ਹੈ ਕਹਿਣ ਲੱਗੇ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੁੱਬੇ ਮੈਲ ਨਾ ਜਾਏ ਕੀਚੜ ਦੇ ਵਿੱਚ ਤੇ ਡੁੱਬ ਜਾਏਗਾ ਪਰ ਮੈਲ ਉਹਦੀ ਜ਼ਿੰਦਗੀ ਵਿੱਚੋਂ ਨਹੀਂ ਜਾਏਗੀ ਉਹ ਕਦੇ ਨਿਰਮਲ ਨਹੀਂ ਹੋ ਸਕਦਾ ਨਿਰਮਲ ਕਿੱਥੋਂ ਹੁੰਦਾ ਹੈ ਨਿਰਮਲ ਹੋਏਗਾ ਇਸ ਦਰ ਤੇ ਆ ਕੇ ਜਦੋਂ ਉਹ ਬਾਣੀ ਵਿੱਚੋਂ ਇਹ ਗੱਲ ਸਮਝ ਲਏਗਾ ਨਿਰਮਲ 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 ਤੇਰੀ ਬਾਣੀ ਕਟ ਕਟ ਸੁਣੀ ਸ਼ਰਵਨ ਬਖਿਆਣੀ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨਪ੍ਰੀਤ ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਜਦੋਂ ਗੁਰੂ ਦੇ ਕੋਲੋਂ ਨਿਰਮਲਤਾਈ ਸਿੱਖਾਂਗੇ ਫਿਰ ਇਹ ਜੀਵਨ ਪਵਿੱਤਰਤਾਈ ਵਾਲੇ ਪਾਸੇ ਹੋ ਕੇ ਪੁਨੀਤ ਬਣ ਜਾਏਗਾ ਖੈਰ ਜਦੋਂ ਇਹ ਉਦਾਹਰਣ ਅਸੀਂ ਸਾਂਝੀ ਕਰਦੇ ਆਂ ਵੀ ਸਾਨੂੰ ਮਨਮਤ ਤੇ ਗੁਰਮਤ ਦਾ ਅਜੇ ਤੱਕ ਉਹ ਲੇਖਾ ਪਈ ਜਾਂਦਾ ਹੈ ਅਸੀਂ ਗੁਰਮਤ ਨੂੰ ਮਨਮਤ ਦਸੀ ਜਾਂਦੇ ਆ ਤੇ ਮਨਮਤ ਨੂੰ ਅਸੀਂ ਗੁਰਮਤ ਕਰਕੇ ਪੇਸ਼ ਕਰ ਰਹੇ ਆ ਏਸੀ ਗੱਲ ਦਾ ਸ਼ਿਕਾਰ ਹੋਇਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਹਾੜਾ ਜਿਹਨੂੰ ਅਸੀਂ ਪ੍ਰਕਾਸ਼ ਪੁਰਬ ਕਹਿੰਦੇ ਆ ਬਿਨਾ ਪਰਚੋਲੇ ਬਿਨਾ ਕਿਸੇ ਤੋਂ ਖੋਜ ਕੀਤੇ ਆ ਬਿਨਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਉਹਨਾਂ ਦੇ ਜੀਵਨ ਦੀ ਪਰਖ ਕੀਤੇ ਤੋਂ ਬਿਨਾ ਜੋ ਕਿਸੇ ਨੇ ਸਾਨੂੰ ਆ ਕੇ ਸੁਣਾਇਆ ਬਸ ਅਸੀਂ ਸਤਨਾਮ ਵਾਹਿਗੁਰੂ ਕਹਿ ਕੇ ਉਹਨੂੰ ਪ੍ਰਵਾਨ ਕਰ ਲਿਆ ਵੀ ਜੋ ਭਾਈ ਸਾਹਿਬ ਦੱਸ ਕੇ ਉਹੀ ਸਹੀ ਹੈ ਪਰ ਹਮੇਸ਼ਾ ਇਦਾਂ ਨਹੀਂ ਹੁੰਦਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੀ ਹੈ ਜਿਹੜੀ ਸਾਨੂੰ ਸਹੀ ਜੀਹ ਦੇ ਸਕਦੀ ਹੈ ਨਹੀਂ ਤੇ ਬੰਦਾ ਆਮ ਕਰਕੇ ਭੁਲੇਖੇ ਵਿੱਚ ਹੀ ਪਾ ਜਾਂਦਾ ਜਿਵੇਂ ਅੱਜ ਦੁਨੀਆ ਨੂੰ ਪਾਇਆ ਹੋਇਆ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਇਹ ਵਿਸਾਖ ਦੇ ਮਹੀਨੇ ਦੇ ਵਿੱਚ ਹੋਇਆ ਪਰ ਕੱਤਕ ਦੇ ਮਹੀਨੇ ਦੇ ਵਿੱਚ ਇਹਨੂੰ ਬਾਰ-ਬਾਰ ਪ੍ਰਚਾਰਿਆ ਗਿਆ ਵੀ ਅਤੇ ਜੀ ਕੱਤਕ ਦੀ ਪੂਰਨਮਾਸੀ ਦੇ ਨਾਲ ਸੰਬੰਧਿਤ ਕਰ ਦਿੱਤਾ ਜਦੋਂ ਕਿ ਕੱਤਕ ਦੀ ਪੂਰਨਮਾਸੀ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਨਹੀਂ ਬਲਕਿ ਸ਼੍ਰੀ ਚੰਦ ਦਾ ਜਨਮ ਦਿਹਾੜਾ ਹੈ ਸ਼੍ਰੀ ਚੰਦ ਜੰਮਿਆ ਸੀ ਕੱਤਕ ਦੀ ਪੂਰਨਮਾਸੀ ਵਾਲੇ ਦਿਨ ਪਰ ਸਾਨੂੰ ਇਹ ਗੱਲ ਦੀ ਕਦੇ ਪੜਨ ਦੀ ਜ਼ਰੂਰਤ ਨਹੀਂ ਸਮਝੀ ਕਿ ਇਹਨਾਂ ਚੀਜ਼ਾਂ ਦਾ ਸੀ ਫਰਕ ਸਮਝੀਏ ਵੀ ਹੋਇਆ ਕਿਉਂ ਹੈ ਇੱਕ ਸਾਖੀ ਕੇਵਲ ਇੱਕੋ ਹੀ ਸਾਖੀ ਜਿਨੂੰ ਭਾਈ ਬਾਲੇਵਾਲੀ ਜਨਮ ਸਾਖੀ ਕਹਿੰਦੇ ਆ ਪੁਰਾਤਨ ਜਨਮ ਸਾਖੀ ਦੇ ਰੂਪ ਦੇ ਵਿੱਚ ਇੰਨਾ ਕੋ ਪ੍ਰਚਾਰਿਆ ਗਿਆ ਇੰਨਾ ਕੋ ਪ੍ਰਚਾਰਿਆ ਗਿਆ ਵੀ ਲੋਕਾਂ ਨੂੰ ਲੱਗਿਆ ਵੀ ਜੋ ਉਸ ਸਾਖੀ ਦੇ ਵਿੱਚ ਲਿਖਿਆ ਉਹੀ ਸੱਚ ਹੈ ਪ੍ਰਸਾਦ ਸੰਗਤ ਜਦੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਉਹਨਾਂ ਦੇ ਜੀਵਨ ਨੂੰ ਭਾਈ ਗੁਰਦਾਸ ਜੀ ਦੀਆਂ 12 ਤੇ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਕਸਵੱਟੀ ਤੇ ਪਰਖਦੇ ਆਂ ਫਿਰ ਉਹ ਜਿਹੜੀ ਸਾਖੀ ਦੇ ਅੰਦਰ ਜੋ-ਜੋ ਸਿੱਖਿਆ ਜੋ-ਜੋ ਕਟਨਾਵਾਂ ਗੁਰੂ ਸਾਹਿਬ ਦੇ ਬਾਰੇ ਲਿਖੀਆਂ ਹੋਈਆਂ ਨੇ ਉਹ ਸਾਰੀਆਂ ਰੱਦ ਹੋ ਜਾਂਦੀਆਂ ਨੇ ਕਿਉਂਕਿ ਬਾਲੇ ਨਾਮ ਦਾ ਸ਼ਖਸ ਅਸਲ ਦੇ ਵਿੱਚ ਹੋਇਆ ਹੀ ਨਹੀਂ ਪਰ ਸਾਨੂੰ ਬਾਰ-ਬਾਰ ਇਹ ਕਹਿ ਕੇ ਪ੍ਰਚਾਰਿਆ ਗਿਆ ਵੀ ਭਾਈ ਬਾਲਾ ਤੇ